ਯਾਰ ਐਕਸਾਈਟਮੈਂਟ ਤਾਂ ਹੁੰਦੀ ਆ ਫਿਰ ਪਾਕਿਸਤਾਨ ਦੇ ਇੰਡੀਆ ਦੇ ਮੈਚ ਤਾਂ ਪਤਾ ਹੀ ਆ ਤੁਹਾਨੂੰ ਅਤੇ ਇਹ ਤਾਂ ਬੜਾ ਸਖ਼ਤ ਤੋਂ ਟਫ ਮੁਕਾਬਲਾ ਹੁੰਦਾ ਪੂਰੀ ਦੁਨੀਆ ਨੂੰ ਪਤਾ ਜਿਹੜੇ ਪਹਿਲੇ ਦੋ ਬੰਦੇ ਨੇ ਨਾ ਰਿਜ਼ਵਾਨ ਅਤੇ ਬਾਬਰ ਅਗਰ ਉਹੀ ਖੜੇ ਰਹਿਣ ਤਾਂ ਠੀਕ ਹੈ ਆਪਣੀ ਟੀਮ ਅੱਗੇ ਫਿਰ ਅੱਲਾ ਇਸ ਵਰਦੀ ਆ ਸਰ ਸਟਰੋਂਗ ਟੀਮ ਤਾਂ ਜ਼ਾਹਰੀ ਗੱਲ ਆ ਜੀ ਉਹ ਬਗੈਰ ਕਿਸੇ ਗੱਲ ਤੋਂ ਵੀ ਸਟਰੋਂਗ ਟੀਮ ਇੰਡੀਆ ਦੀ ਆ ਦੇਖੋ ਟੀ ਟਵੈਂਟੀ ਮੁਕਾਬਲਾ ਹੈ ਛੋਟੇ ਫਾਰਮੈਟ ਦਾ ਵੀਹ ਓਵਰ ਦੇ ਫਾਰਮੈਟ ਦਾ ਮੁਕਾਬਲਾ ਹੈ ਇਹਦੇ 'ਚ ਤੁਸੀਂ ਕਿਸੇ ਵੀ ਟੀਮ ਨੇ ਫੇਵਰੇਟ ਤਕਰਾਰ ਨਹੀਂ ਦੇ ਸਕਦੇ ਇਹ ਬਾਬਰ ਹੁਣਾਂ ਨੇ ਆ ਕੇ ਜਿਹੜਾ ਨਾ ਜੀ ਇਹ ਟੀਮ ਸਟਰੋਂਗ ਹੈ ਅਤੇ ਉਹਨਾਂ ਨੂੰ ਹਰਾਉਣ ਦੀ ਤਾਕਤ ਰੱਖਦੀ ਆ ਨਹੀਂ ਤਾਂ ਹਮੇਸ਼ਾ ਜਦੋਂ ਵੀ ਇੰਟਰਨੈਸ਼ਨਲ ਵੱਡੇ ਟਾਕਰਾ ਹੋਏ ਆ ਇਹ ਕਦੀ ਜਿੱਤੇ ਹੀ ਨਹੀਂ ਬੇਸ਼ੱਕ ਕਿਹੜੇ ਕਿਹੜੇ ਵੱਡੇ ਖਿਲਾੜੀ ਇਹਨਾਂ ਦੇ ਕੋਲ ਪਾਕਿਸਤਾਨੀ ਟੀਮ 'ਚ ਰਹੇ ਆ ਲੇਕਿਨ ਇਹ ਅਨਫਾਰਚੁਨੇਟਲੀ ਕਿਸੇ ਵੀ ਵਰਲਡ ਕੱਪ ਦੇ 'ਚ ਉਹਨਾਂ ਦੇ ਕੋਲੋਂ ਟੀਮ ਨਹੀਂ ਜਿੱਤਦੀ ਰਹੀ ਲੇਕਿਨ ਹੁਣ ਬਿਹਤਰੀਨ ਟੀਮ ਆ ਬਿਹਤਰੀਨ ਇਸ਼ਤਰਾਕ ਆ ਯੰਗ ਐਨਰਜੈਟਿਕ ਜਿਹੜੇ ਆ ਉਹ ਪਲੇਅਰ ਇਹਨਾਂ ਦੇ ਕੋਲ ਹੈ ਸਰ ਇਸ ਟਾਈਮ ਦੇ ਵਿੱਚ ਆਪਣੀ ਟੀਮ ਦੇ ਅੰਦਰ ਜਿਹੜੇ ਪਹਿਲੇ ਦੋ ਬੰਦੇ ਨੇ ਨਾ ਰਿਜ਼ਵਾਨ ਅਤੇ ਬਾਬਰ ਅਗਰ ਉਹੀ ਖੜੇ ਰਹਿਣ ਤਾਂ ਠੀਕ ਹੈ ਆਪਣੀ ਟੀਮ ਅੱਗੇ ਫਿਰ ਅੱਲਾ ਇਸ ਵਰਦੀ ਆ ਬਾਬਰ ਆਜ਼ਮ ਅਤੇ ਪੂਰੀ ਪਾਕਿਸਤਾਨ ਦੀ ਉਹਦੇ ਨਾਲ ਮੁਹੱਬਤ ਹੈ ਪੂਰੀ ਪਾਕਿਸਤਾਨ ਦਾ ਜਜ਼ਬਾ ਉਹਦੇ ਨਾਲ ਹੈ ਕਿ ਯਾਰ ਸਾਡਾ ਜਿਹੜਾ ਕੈਪਟਨ ਹੈ ਉਹ ਅੱਛਾ ਪਰਫੋਰਮ ਕਰੇ ਮੁਹੰਮਦ ਰਿਜ਼ਵਾਨ ਵੀ ਬਹੁਤ ਅੱਛਾ ਹੈ ਔਰ ਮੇਰੀ ਖੁਆਇਸ਼ ਹੈ ਕਿ ਇਹ ਕਿ ਮੁਹੰਮਦ ਨਵਾਜ਼ ਨੂੰ ਜਿਹੜਾ ਨਾ ਉੱਪਰ ਬੈਟਿੰਗ ਦਿੱਤੀ ਜਾਏ ਤਾਂ ਕਿ ਜਿਹੜਾ ਨਾ ਥੋੜ੍ਹਾ ਜਿਹਾ ਮਜ਼ਾ ਆਏ ਉਹਨੂੰ ਮੌਕਾ ਦਿੱਤਾ ਜਾਏ ਖੇਡਣ ਦਾ ਇੰਡੀਆ ਨੂੰ ਹਰਾਉਣਾ ਲਾਜ਼ਮੀ ਹੈ ਬਸ ਉਸ ਤੋਂ ਬਾਅਦ ਆਪਣਾ ਕੰਮ ਖਤਮ ਹੈ ਅਤੇ ਜਿਹੜੇ ਇੰਡੀਆ ਪਾਕਿਸਤਾਨ ਸਵਾਲ ਲਾਉਂਦੇ ਅਤੇ ਇਹ ਉੱਥੇ ਦੇ ਬਾਈ ਅਤੇ ਇੱਧਰ ਦੇ ਜਿਹੜੇ ਭਰਾ ਨੇ ਸਾਡੇ ਉਹ ਅਸੀਂ ਇੱਜ਼ਤ ਜ਼ਿਲਤ ਮਹਿਸੂਸ ਕਰਦੇ ਨੇ ਅਲੱਗ ਕ੍ਰਿਕਟ ਜਿਹੜਾ ਨਾ ਇੱਕ ਖੇਲ ਹੈ ਇੱਕ ਫਿਜ਼ੀਕਲ ਖੇਲ ਹੈ ਜਿਸ 'ਚ ਮਸਾਂ ਕਿ ਉਹ ਵੀ ਜਿੱਤ ਸਕਦੇ ਨੇ ਅਸੀਂ ਜਿੱਤ ਸਕਦੇ ਕੋਈ ਨਹੀਂ ਹੈ ਲੇਕਿਨ ਜਦੋਂ ਪਾਕਿਸਤਾਨ ਇੰਡੀਆ ਦਾ ਹੁੰਦਾ ਨਾ ਉਦੋਂ ਲੋਕ ਇਸ ਵਾਸਤੇ ਦਿਲਚਸਪੀ ਰੱਖਦੇ ਕਿ ਇੱਕ ਤਾਰੀਖ ਨਾਲ ਜੁੜੀ ਕਹਾਣੀ ਹੈ ਠੀਕ ਹੈ ਨਾ ਉਹ ਇੱਜ਼ਤ ਜ਼ਿਲਤ ਅਸੀਂ ਮਹਿਸੂਸ ਕਰਦੇ ਜਦੋਂ ਅਸੀਂ ਜਿੱਤਦੇ ਹਾਂ ਤਾਂ ਬੜੀ ਇੱਜ਼ਤ ਸ਼ਾਨੋ ਫਖਰ ਉਹ ਜਿਹੜੇ ਪੂਰੇ ਦੁਨੀਆ 'ਚ ਜਿਹੜੇ ਮੈਚ ਹੁੰਦੇ ਨੇ ਉਹ 'ਚ ਇੰਨਾ ਨਹੀਂ ਮਹਿਸੂਸ ਕਰਦੇ ਪਰ ਜਿਹੜੇ ਸਾਡੇ ਭਰਾਵਾਂ ਨਾਲ ਮੁਕਾਬਲਾ ਹੁੰਦਾ ਨਾ ਉਹ 'ਚ ਦੇਖੋ ਜਿੱਥੇ ਪਿਆਰ ਹੁੰਦਾ ਉੱਥੇ ਥੋੜ੍ਹੀ ਐਸਾਂ ਦੀ ਚੀਜ਼ਾਂ ਹੁੰਦੀਆਂ ਨੇ ਜੀ ਰੋਹਿਤ ਸ਼ਰਮਾ ਅਤੇ ਕੋਹਲੀ ਅਲਹਮਦੁਲਿਲਾ ਅੱਛੇ ਅਗਰ ਉਹ ਪਲੇਅਰ ਅੱਛਾ ਨਾ ਅਗਰ ਉਹ ਐਫਰਟ ਅੱਛੀ ਕਰਦੇ ਨੇ ਅਤੇ ਉਹਨਾਂ ਦਾ ਸਾਥ ਦੇਣਾ ਬਣਦਾ ਲਾਜ਼ਮੀ ਨਹੀਂ ਹੈ ਕਿ ਉਹ ਸਾਡੇ ਮੁਖਾਲਿਫ ਨੇ ਅਤੇ ਅਸੀਂ ਉਹਨਾਂ ਨੂੰ ਨਹੀਂ ਬਹੁਤ ਅੱਛੇ ਕ੍ਰਿਕਟਰ ਨੇ ਸਰ ਸਟਰੋਂਗ ਟੀਮ ਤਾਂ ਜ਼ਾਹਰੀ ਗੱਲ ਆ ਜੀ ਉਹ ਬਗੈਰ ਕਿਸੇ ਗੱਲ ਤੋਂ ਵੀ ਸਟਰੋਂਗ ਟੀਮ ਇੰਡੀਆ ਦੀ ਆ ਠੀਕ ਹੈ ਨਾ ਜੀ ਉਹ ਤਾਂ ਬਹੁਤ ਬਿਹਤਰੀਨ ਟੀਮ ਆ ਲੇਕਿਨ ਪਾਕਿਸਤਾਨੀ ਟੀਮ ਜਿਹੜੀ ਆ ਨਾ ਜੀ ਇਹ ਕੁਛ ਵੀ ਕਰ ਸਕਦੀ ਹੈ ਇਹਦੇ ਅੱਗੇ ਕੋਈ ਕੁਛ ਨਹੀਂ ਨਾ ਆਸਟ੍ਰੇਲੀਆ ਨਾ ਇੰਡੀਆ ਦੁਨੀਆ ਦੀ ਜਿੰਨੀਆਂ ਵੀ ਅੱਛੀਆਂ ਟੀਮਾਂ ਉਹਨਾਂ ਨੂੰ ਇਹਦੇ 'ਚ ਤਾਕਤ ਹੈ ਵਿਛਾੜ ਦੇਣ ਦੀ ਠੀਕ ਆ ਉਹ ਵੀ ਭਾਰਤੀ ਸੂਰਮੇ ਕੋਈ ਮਾੜੇ ਟੀਮ 'ਤੇ ਨਹੀਂ ਨਾ ਹੈ ਉਹ ਵੀ ਨੰਬਰ 1 ਦੇ ਸਫੇ ਅਵਲ ਦੇ ਲੋਕ ਉਹਦੇ 'ਚ ਖਿਲਾੜੀ ਸ਼ਾਮਿਲ ਹੈ ਨਾ ਜੀ ਲੇਕਿਨ ਉਹ ਟਫ ਟਾਈਮ 'ਤੇ ਹੁੰਦਾ ਟਾਕਰਾ ਇਸ ਲਈ ਤਾਂ ਬਿਹਤਰੀਨ ਕਿਹਾ ਜਾਂਦਾ ਕਿੜ ਫਸ ਕੇ ਮੈਚ ਹੁੰਦਾ ਇਹਨਾਂ ਨੂੰ ਸਕੋਰ ਜਿਹੜਾ ਨਾ ਜੀ 190 ਤੋਂ 200 ਤੱਕ ਪਾਕਿਸਤਾਨੀ ਟੀਮ ਨੂੰ ਕਰਨਾ ਚਾਹੀਦਾ ਅਗਰ ਇਹ ਨਹੀਂ ਕਰਦੇ ਇਹ 150 ਤੱਕ ਅਗਰ ਜਾਂਦੇ ਆ ਤਾਂ ਫਿਰ ਤਾਂ ਮੈਚ ਉਹ ਲੈ ਗਏ